ਕੈਮਰਾ ਦੀ ਗੱਲ ਕਰੀਏ, ਕਈ ਵਾਰੀ ਇੰਪਲੋਇਰ ਨਾਲ ਸਾਡੀ ਨਹੀਂ ਬਣਦੀ, ਜਾਂ ਸਾਨੂੰ ਪਹਿਲਾਂ ਵਧੀਆ ਲੱਗਦੇ ਹੁੰਦੇ ਆ, ਤੇ ਬਾਅਦ ਵਿੱਚ ਉਹ ਹੌਲੀ ਹੌਲੀ ਆਪਾਂ ਨੂੰ ਲੱਗਦਾ ਕਿ ਨਹੀਂ ਯਾਰ ਇਹ ਮੇਰੀ ਚੀਜ਼ ਨਹੀਂ ਹੈਗਾ। ਕਈ ਵਾਰੀ ਮਜਬੂਰੀ ਦੇ ਵਿੱਚ ਜੋਬ ਛੱਡਣੀ ਪੈਂਦੀ ਹੈ ਨਾ, ਸਾਡੀ ਜੋਬ ਕੀ ਇੰਪਲੋਇਰ ਪੇ ਨਹੀਂ ਕਰਦਾ ਸੀ ਟਾਈਮ ਤੇ। LMIA ਨੇ ਸਾਰੀਆਂ ਬੇਸਿਕ ਜੋਬਸ ਲੈ ਲਈਆਂ ਨੇ। ਮੇਰਾ ਭਰਾ ਟਰੱਕ ਡਰਾਈਵਰ ਹੈ, ਕੰਪਨੀ ਕੰਟੀਨਿਊਸਲੀ LMIA ਦੇ ਉੱਤੇ ਅੰਡਰ ਪੇ ਦੇ ਉੱਤੇ ਲੋਕ ਹਾਇਰ ਕਰਦੇ ਰਹੇ ਨੇ। ਇਹ ਹੁਣ ਜੋਬ ਹੀ ਕੋਈ ਮਾੜੀ ਆ ਜਾਂ ਕੋਈ ਉੱਥੇ ਬੌਸ ਤੰਗ ਕਰਦਾ, ਉਹ ਤਾਂ ਫਿਰ ਚੇਂਜ ਕਰਨੀ ਪੈਂਦੀ। ਔਰ ਇਨ 23 ਸਾਲੋਂ ਮੈਂ ਮੈਨੇ ਸਿਰਫ 4 ਦਫਾ ਜੋਬ ਚੇਂਜ ਕੀ ਹੈ। ਔਰ ਮੇਰਾ ਜੋ ਡਿਵੀਜ਼ਨ ਹੈ, ਮੈਂ ਕੰਸਟਰਕਸ਼ਨ ਪ੍ਰੋਜੈਕਟ ਮੈਨੇਜਮੈਂਟ ਮੈਂ ਹੂੰ। 23 ਸਾਲ ਮੈਂ ਡੈਫੀਨੇਟਲੀ ਜੋ ਆਪਕੀ ਜੋ ਵੇਜਸ ਹੈ ਜਾਂ ਸੈਲਰੀ ਹੈ ਵੋ ਆਪ ਅਗਰ ਪੀਕ ਪੇ ਪਹੁੰਚ ਗਏ ਹੈ, ਤੋ ਡੈਫੀਨੇਟਲੀ ਆਪਕੋ ਜੋ ਇੰਪਲਾਇਰ ਹੋਗਾ ਵੋ ਬੋਲੇਗਾ ਕਿ ਭਾਈ ਆਪਣੇ ਅੰਡਰ 2-3 ਬੰਦੋ ਕੋ ਟ੍ਰੇਨ ਕਰੋ, ਇਟ ਮੀਨਸ ਉਸੇ ਅਬ ਆਪਕੇ ਜਾਣੇ ਕੀ ਬਾਰੀ ਆ ਗਈ ਹੈ, ਕਿਉਂਕਿ ਵੋ ਆਪਕੀ ਜਗ੍ਹਾ ਪੇ ਵੋ 3 ਬੰਦੇ ਹਾਇਰ ਕਰ ਸਕਤਾ ਹੈ, ਤੋ ਵੋ ਆਪਕੋ ਅਕੇਲੇ ਕੋ ਕਿਉਂ ਰੱਖੇ। ਕਿ ਜਿਸ ਨੌਕਰ ਨੂੰ ਮਾਲਕ ਰੱਖਣਾ ਚਾਹੁੰਦਾ ਹੁੰਦਾ, ਜਿਹੜਾ ਕਿ ਵਾਕਈ ਅਕਲਮੰਦ ਹੁੰਦਾ, ਸਮਝਦਾਰ ਹੁੰਦਾ, ਉਹ ਸੋਚੋ 10 ਹੁੰਦੇ ਨੇ, ਔਰ ਉਹ 10 ਬੰਦੇ ਨੂੰ ਉਹ ਬੰਦਾ ਛੱਡਦਾ ਹੀ ਨਹੀਂ ਹੈ, ਉਹਨੂੰ ਇਸ ਤਰੀਕੇ ਨਾਲ ਉਹਨੂੰ ਪਰੋਸ ਕੇ ਰੱਖਦਾ ਹੈ ਕਿ ਵੀ ਇਹ ਬੰਦੇ ਨੂੰ ਮੈਨੇ ਜਾਣ ਨਹੀਂ ਦੇਣਾ। ਇਹ ਮਾਲਕ ਦੀ ਮਰਜ਼ੀ ਨਾਲ ਤੁਸੀਂ ਨੌਕਰੀ ਕਰਦੇ ਹੋ, ਜੇ ਮਾਲਕ ਨੂੰ ਲੱਗਦਾ ਕਿ ਯਾਰ ਇਹ ਬੰਦਾ ਮੇਰੇ ਲਈ ਬਹੁਤਾ ਫਿੱਟ ਨਹੀਂ ਹੈ, ਇਸ ਤੋਂ ਵਧੀਆ ਮੈਨੂੰ ਮਿਲ ਸਕਦਾ, ਫਿਰ ਹੌਲੀ ਦੇਰ ਉਹਨੂੰ ਟਰਕਾ ਦਿੰਦਾ, ਫਿਰ ਉਹਨੂੰ ਨੌਕਰੀ ਛੱਡਣੀ ਪੈ ਜਾਂਦੀ ਹੈ। ਕਈ ਵਾਰ ਤੁਹਾਨੂੰ ਜੋਬ ਚੰਗੀ ਮਿਲੀ ਹੁੰਦੀ ਹੈ ਪਰ ਤੁਹਾਡਾ ਲੈਵਲ, ਕੰਫਰਟ ਲੈਵਲ ਨਹੀਂ ਠੀਕ ਉੱਥਾਂ ਹੁੰਦਾ, ਉੱਥੇ ਸਟ੍ਰੈਸ ਬਹੁਤ ਹੁੰਦਾ। 1995 ਤੋਂ ਲੈ ਕੇ 2010 ਦੇ ਵਿੱਚ ਜਿਹੜੇ ਬੱਚੇ ਪੈਦਾ ਹੋਏ ਨੇ ਸਾਡੇ, ਇਹ ਕੰਸਿਸਟੈਂਟਲੀ ਜਾਂ ਲੋਇਲਟੀ ਨਹੀਂ ਸ਼ੋਅ ਕਰਦੇ, ਕੰਸਿਸਟੈਂਸੀ ਨਹੀਂ ਸ਼ੋਅ ਕਰਦੇ। ਇੱਕ ਨੌਕਰੀ ਛੱਡੀ, ਦੂਜੀ ਲੈ ਲਈ, ਬਹੁਤ ਇੱਕ ਨੌਕਰੀ 'ਤੇ ਟਿਕ ਕੇ ਨਹੀਂ ਕੰਮ ਕਰਦੇ, ਫ੍ਰੀਕੁਐਂਟਲੀ ਨੌਕਰੀਆਂ ਤਬਦੀਲ ਕਰਦੇ ਨੇ। ਅਤੇ ਇੱਕ ਆਮ ਤੌਰ ਦੇ ਉੱਤੇ ਜਦੋਂ ਤੁਸੀਂ ਨੌਕਰੀ ਲੈਣ ਜਾਂਦੇ ਹੋ, ਉਹ ਤੁਹਾਡੇ ਕੋਲੋਂ ਤਜਰਬਾ ਪੁੱਛਦੇ ਨੇ, ਅਤੇ ਤੁਸੀਂ ਤਜਰਬੇ 'ਚ ਕਹਿੰਦੇ ਹੋ ਜੀ ਕਿ ਮੈਂ ਇੱਕੋ ਹੀ ਅਦਾਰੇ ਨਾਲ ਪਿਛਲੇ 14 ਸਾਲ ਤੋਂ ਕੰਮ ਕਰ ਰਿਹਾ, ਤਾਂ ਦੂਜੇ ਲੋਕ ਇਹ ਕਹਿੰਦੇ ਨੇ ਜੀ ਕਿ ਮੈਂ ਪਿਛਲੇ 14 ਸਾਲਾਂ ਵਿੱਚ 13 ਅਦਾਰੇ ਬਦਲੇ ਨੇ। ਤੁਹਾਨੂੰ ਲੱਗਦਾ ਹੈ ਕਿ ਇਹਦਾ ਕੋਈ ਅਸਰ ਪੈਂਦਾ ਹੈ ਇੰਪਲੋਇਰ ਦੇ ਉੱਤੇ, ਜਿਹੜਾ ਨਵਾਂ ਇੰਪਲੋਇਰ ਹੈ ਜਿਹੜਾ ਤੁਹਾਨੂੰ ਹਾਇਰ ਕਰਨ ਬਾਰੇ ਸੋਚ ਰਿਹਾ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਉਹ ਇਹਦੇ ਉੱਤੇ ਇਸ ਗੱਲ ਦਾ ਅਸਰ ਪੈਂਦਾ ਜੀ ਕੋਈ ਵਿਅਕਤੀ ਕਿੰਨੀ ਦੇਰ ਨੌਕਰੀ ਕਰ ਚੁੱਕਾ ਹੈ ਜਾਂ ਫ੍ਰੀਕੁਐਂਟਲੀ ਨੌਕਰੀ ਬਦਲਦਾ ਹੈ? ਬੈਟਰ ਕੀ ਹੈ, ਛੇਤੀ ਛੇਤੀ ਨੌਕਰੀ ਤਬਦੀਲ ਕਰ ਲੈਣਾ ਜਾਂ ਕਿ ਇੱਕ ਉਹ ਨੌਕਰੀ 'ਤੇ ਲੰਬੇ ਅਰਸੇ ਤੱਕ ਬੈਠੇ ਰਹਿਣਾ? ਜਿਵੇਂ ਮੈਂ ਰੈੱਡ ਐੱਫ ਐੱਮ 'ਤੇ ਬੈਠਾ, ਮੈਨੂੰ 14 ਸਾਲ ਹੋ ਗਿਆ ਰੈੱਡ ਐੱਫ ਐੱਮ ਨਾਲ ਕੰਮ ਕਰਦਿਆਂ। ਇਹਦਾ ਕਾਰਨ ਇਹ ਹੈ ਕਿ ਮੈਂ, ਮੇਰੀ ਲੋਇਲਟੀ ਇਸ ਅਦਾਰੇ ਨਾਲ ਹੈ, ਤਾਂ ਦੂਜਾ ਕਾਰਨ ਕੀ ਇਹ ਹੈ ਕਿ ਮੈਨੂੰ ਹੋਰ ਕਿਤੇ ਕੋਈ ਮੌਕਾ ਨਹੀਂ ਮਿਲਦਾ, ਇਸ ਕਰਕੇ ਮੈਂ ਇੱਥੇ ਟਿਕਿਆ ਬੈਠਾ। ਜਿਹੜੇ ਲੋਕ ਫ੍ਰੀਕੁਐਂਟਲੀ ਨੌਕਰੀਆਂ ਚੇਂਜ ਕਰ ਲੈਂਦੇ ਨੇ, ਕਿਹਾ ਜਾਂਦਾ ਹੈ ਕਿ ਉਹਨਾਂ ਦੀ ਤਨਖਾਹ ਵੱਧ ਜਾਂਦੀ ਹੈ, ਉਹਨਾਂ ਦੇ ਆਪਣੇ ਫਾਇਦੇ ਨੇ, ਉਹ ਤਨਖਾਹ ਛੇਤੀ ਛੇਤੀ ਵਧਾ ਲੈਂਦੇ ਨੇ, ਕੈਰੀਅਰ ਐਡਵਾਂਸਮੈਂਟ ਹੁੰਦੀ ਹੈ, ਉਹਨਾਂ ਦੀ ਨੈੱਟਵਰਕਿੰਗ ਬੜੀ ਹੁੰਦੀ ਹੈ, ਸਟੈਗਨੇਸ਼ਨ ਨਹੀਂ ਆਉਂਦੀ। ਜਿਹੜੇ ਲੋਕ ਇੱਕੋ ਜਗ੍ਹਾ 'ਤੇ ਨੌਕਰੀ ਕਰਦੇ ਨੇ, ਉਹਨਾਂ ਦੀ ਸਟੇਬਿਲਿਟੀ ਐਂਡ ਸਿਕਿਉਰਿਟੀ ਬਣੀ ਰਹਿੰਦੀ ਹੈ, ਡੀਪ ਐਕਸਪਰਟੀਜ਼ ਹਾਸਲ ਕਰ ਲੈਂਦੇ ਨੇ, ਉਹਦੀ ਮਹਾਰਤ ਬਹੁਤ ਹੋ ਜਾਂਦੀ, ਉਹਨਾਂ ਦੀ ਰਿਲੇਸ਼ਨਸ਼ਿਪਸ ਬੜੇ ਬਣਦੇ ਨੇ ਉਹਨਾਂ ਦੇ ਨਾਲ, ਕੰਪਨੀ ਦੇ ਪ੍ਰਤੀ ਲੋਇਲਟੀ ਬੜੀ ਹੁੰਦੀ ਹੈ ਉਹਨਾਂ ਦੀ। ਅਤੇ ਦੂਸਰਾ ਇਹ ਹੈ ਕਿ ਉੱਥੇ ਉਹਨਾਂ ਦਾ ਕੰਫਰਟ ਜ਼ੋਨ ਵੀ ਬਣਿਆ ਹੁੰਦਾ, ਉਹ ਆਪਣੇ ਕੰਫਰਟ ਜ਼ੋਨ ਵਿੱਚੋਂ ਵੀ ਬਾਹਰ ਨਹੀਂ ਨਿਕਲਣਾ ਚਾਹੁੰਦੇ। ਸੁਖਦੀਪ ਸਾਡੇ ਅੱਜ ਦੇ ਪਹਿਲੇ ਕਾਲਰ। ਸਰ ਮੇਰਾ ਬਰਥ ਸਰ 97 ਦਾ ਜੀ, ਤੇ ਮੈਂ ਸਰ ਇਸੇ ਕਰਕੇ ਤੁਹਾਨੂੰ ਕਾਲ ਕੀਤੀ ਹੈ ਕਿ ਸਾਡਾ ਤੁਸੀਂ ਟੌਪਿਕ ਲੈ ਕੇ ਆਏ। ਸਰ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਜਦੋਂ ਦਾ ਇੱਥੇ ਕੈਨੇਡਾ ਜਾ ਰਿਹਾ, ਮੈਂ 6 ਸਾਲ ਹੋ ਗਏ ਮੈਨੂੰ ਕੈਨੇਡਾ ਜਾ ਰਹੇ ਨੂੰ, ਤੇ ਮੈਂ 35 ਘਰ ਬਦਲ ਲਏ, 35
35 ਦੇ ਕਰੀਬ ਘਰ ਬਦਲੇ ਆ, ਵੱਧ ਹੋ ਸਕਦੇ ਘੱਟ ਨੀ ਹੋ ਸਕਦੇ, ਤੇ ਜੋਬ ਵੀ ਘੱਟੋ ਘੱਟ ਮੈਂ ਸਰ ਇੱਥੇ ਅੱਜ 17 to 18 ਜੋਬ ਬਦਲਣੀ ਆ। ਇਹਦਾ ਕੋਈ ਕਾਰਨ ਹੈ? ਸਰ ਇਹਦਾ ਕਾਰਨ ਬਹੁਤ ਜ਼ਿਆਦਾ, ਹਰ ਵਾਰੀ ਨਾ ਵੱਖਰੇ ਵੱਖਰੇ ਸਿਚੁਏਸ਼ਨ ਚ ਬੰਦਾ ਹੁੰਦਾ ਸਰ। ਮੈਂ ਦੇ ਵਿੱਚ ਸਰ $11 ਤੇ ਜੋਬ ਕਰਦਾ ਸੀ ਸਰ, ਉੱਥੋਂ ਮੈਂ ਜੋਬ ਛੱਡ ਕੇ ਸਿਰਫ 2 ਮਹੀਨੇ ਫ੍ਰੀ ਰਿਹਾ, ਮਤਲਬ ਫ੍ਰੀ ਕਹਿ ਲਓ, ਮੈਂ ਟਰੱਕ ਦਾ ਲਾਇਸੈਂਸ ਬਣਾਉਣ ਲੱਗਦਾ। ਮੇਰੇ ਸਿਰਫ 2 ਮਹੀਨੇ ਦੇ ਐਫਰਟ ਨਾਲ ਸਰ ਮੈਂ $11 ਪਰ ਆਵਰ ਤੋਂ, ਤੁਸੀਂ ਲਾ ਲਓ ਮੇਰਾ $1200 ਮੰਥਲੀ ਬਣਦਾ ਸੀ ਘੱਟ ਘਟਾ ਕੇ, ਮੈਂ 10,000 ਵਾਲੀ ਜੋਬ ਤੇ ਆ ਗਿਆ। ਤੇ ਸਰ ਇਹ ਬਹੁਤ ਜ਼ਿਆਦਾ ਹਰ ਵਾਰੀ ਤੁਹਾਡੀ ਸਿਚੁਏਸ਼ਨ ਤੇ ਡਿਪੈਂਡ ਕਰਦਾ। ਤੇ ਬਾਕੀ ਸਰ ਜੇ ਕੈਮਰਾ ਦੀ ਗੱਲ ਕਰੀਏ, ਕਈ ਵਾਰੀ ਇੰਪਲੋਇਰ ਨਾਲ ਸਾਡੀ ਨਹੀਂ ਬਣਦੀ, ਜਾਂ ਸਾਨੂੰ ਪਹਿਲਾਂ ਵਧੀਆ ਲੱਗਦੇ ਹੁੰਦੇ ਆ ਤੇ ਬਾਅਦ ਵਿੱਚ ਉਹ ਹੌਲੀ ਹੌਲੀ ਆਪਾਂ ਨੂੰ ਲੱਗਦਾ ਕਿ ਨਹੀਂ ਯਾਰ ਇਹ ਮੇਰੀ ਠੀਕ ਨਹੀਂ ਹੈਗਾ, ਤੇ ਉਹ ਚੀਜ਼ਾਂ ਕਰਕੇ ਬੰਦਾ ਆਪਣਾ ਜੋਬ ਚੇਂਜ ਕਰਦਾ। ਤੇ ਮੈਨੂੰ ਲੱਗਦਾ ਇਹ ਕੋਈ ਮਾੜੀ ਗੱਲ ਨਹੀਂ ਆ। ਜੇ ਤੁਸੀਂ ਕਹਿੰਦੇ ਆ ਕਿ ਇੱਕੋ ਚੀਜ਼ ਚ ਐਕਸਪਰਟ ਹੋ ਸਕਦਾ ਬੰਦਾ, ਤੇ ਜਿੱਦਾਂ ਆਪਾਂ ਨਵੀਂ ਨਵੀਂ ਜੋਬ ਕਰਦੇ ਆ, ਇਹਦੇ ਵਿੱਚ ਵੀ ਇੱਕ ਬਹੁਤ ਜ਼ਿਆਦਾ ਐਕਸਪੀਰੀਅੰਸ ਤੁਹਾਨੂੰ ਮਿਲਦੇ ਆ। ਵੈਰੀ ਗੁੱਡ ਬਲਵੀਰ ਜੀ। ਡਿਪੈਂਡ ਕਰਦਾ ਜੀ ਤੁਹਾਡੀ ਜੋਬ ਤੇ, ਤੁਹਾਡੀ ਪੇ ਤੇ। ਵਧੀਆ ਪੇ ਆ, ਜੋਬ ਵਧੀਆ, ਫੇਰ ਤੁਹਾਨੂੰ ਇੱਕ ਜਗ੍ਹਾ ਹੀ ਕੰਮ ਕਰਨਾ ਚਾਹੀਦਾ ਜ਼ਿਆਦਾ ਸਮਾਂ, ਉਹਦੇ ਨਾਲ ਤੁਹਾਨੂੰ ਬਹੁਤ ਬੈਨੀਫਿਟ ਮਿਲਦੇ ਆ। ਤੁਹਾਡੀ ਪੇ ਅਗਲੇ ਵਧਾਉਂਦੇ ਰਹਿੰਦੇ ਆ, ਦੂਸਰਾ ਤੁਹਾਡੇ ਕੋਲ ਐਕਸਪੀਰੀਅੰਸ ਜ਼ਿਆਦਾ ਹੋ ਜਾਂਦਾ, ਤੁਹਾਡੇ ਲਈ ਕੰਮ ਈਜ਼ੀ ਹੋ ਜਾਂਦਾ ਜੀ। ਫੇਰ ਤੁਸੀਂ ਡੇ ਆਫ ਕਰਨਾ, ਕੋਈ ਐਮਰਜੈਂਸੀ ਆ, ਉਹਦੇ ਵਿੱਚ ਵੀ ਤੁਹਾਨੂੰ ਉਹ ਜਿੱਦਾਂ ਵੀ ਮੈਂ ਛੁੱਟੀ ਕਰਨੀ ਆ, ਅਰਲੀ ਜਾਣਾ, ਲੇਟ ਆਉਣਾ, ਉਹ ਵੀ ਬੈਨੀਫਿਟ ਸਾਰੇ ਮਿਲ ਜਾਂਦੇ ਆ। ਠੀਕ ਆ ਜੀ। ਤੇ ਜੇ ਤੁਹਾਡੀ ਪੇ ਨਹੀਂ ਵਧੀਆ, ਤੁਹਾਨੂੰ ਉੱਥੇ ਜ਼ਿਆਦਾ ਕੋਈ ਬੈਨੀਫਿਟ ਨਹੀਂ, ਫੇਰ ਤੁਸੀਂ ਜੋਬ ਚੇਂਜ ਕਰਕੇ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ, ਹੋਰ ਜੋਬ ਕਰਨੀ ਚਾਹੀਦੀ। ਮਿਹਰਬਾਨੀ ਬਲਵੀਰ ਜੀ, ਥੈਂਕ ਯੂ, ਬਹੁਤ ਸ਼ੁਕਰੀਆ। ਜ਼ਹੀਰ ਜੀ। ਮੈਂ ਪਹਿਲੇ $17-18 ਦੀ ਜੋਬ ਕਰਦਾ ਸਾਂ, ਜਿਸਲੇ ਮੈਂ ਫਿਰ ਟਰੱਕ ਦਾ ਲਾਇਸੈਂਸ ਬਣਵਾ ਕੇ ਤੇ ਉਹਦੇ ਚੜਿਆ ਤੇ ਮੈਂ 7-8 ਹਜ਼ਾਰ ਕਮਾਉਣ ਲੱਗ ਪਿਆ। ਲੇਕਿਨ ਜਿਸਲੇ ਆਪਣੀ ਸਿਹਤ ਵੱਲ ਵੇਖਿਆ ਤੇ ਡਾਕਟਰ ਨੇ ਕਿਹਾ ਕਿ ਬਈ ਤੈਨੂੰ ਇਹ ਜਾਬ ਛੱਡਣੀ ਪੈਣੀ ਆ, ਨਹੀਂ ਤੇ ਫਿਰ ਮਸ਼ੀਨਾਂ ਲਾ ਲਿਆ ਆਪਣੇ ਆਪ ਤੇ। ਮੈਂ ਜਾਬ ਛੱਡੀ, ਮੈਂ ਸਿਹਤਮੰਦ ਹੋ ਗਿਆ। ਯਕੀਨ ਕਰੋ ਇੱਕ ਗੋਲੀ ਤੱਕ ਨੀ ਹੁਣ ਖਾਣ ਦੀ ਜ਼ਰੂਰਤ ਪੈਂਦੀ ਕਦੇ। ਵੈਰੀ ਗੁੱਡ ਜੀ। ਡਿਪੈਂਡ ਕਰਦਾ ਨਾਲ ਮੈਂ ਦੂਸਰਾ, ਮਤਲਬ ਹੋਰ ਵੀ ਮੈਂ ਕੰਮ ਸ਼ਮ ਮੈਂ ਦੱਸਣਾ ਨੀ ਚਾਹ ਰਿਹਾ, ਮੈਂ ਬੜੇ ਕੰਮ ਸ਼ਮ ਕਰਦਾ ਵਾ ਨਾਲ। ਰਾਈਟ ਜੀ। ਉਹਨੇ ਤੋਂ ਜ਼ਿਆਦਾ ਵੀ ਕਮਾ ਲੈਣਾ ਬਾਜ਼ ਔਕਾਤ। ਲੇਕਿਨ ਬੰਦੇ ਨੂੰ ਇੱਕ ਜਗ੍ਹਾ ਤੇ ਸਟਿਕ ਰਹਿਣਾ ਚਾਹੀਦਾ, ਅਗਰ ਕੋਈ ਵਜ੍ਹਾ ਤਾਂ ਛੱਡ ਦਿਓ, ਵਰਨਾ ਬੰਦੇ ਨੂੰ ਇੱਕੋ ਜਗ੍ਹਾ ਤੇ ਸਟਿਕ ਰਹਿਣਾ ਚਾਹੀਦਾ। ਹੁਣ ਮੈਂ ਇੱਥੇ US ਕੌਂਸਲ ਜਿੱਥੇ ਜਾਬ ਕਰ ਰਿਹਾ 2 ਵਜੇ ਤੱਕ, ਇੱਥੇ ਮੈਂ ਤਕਰੀਬਨ 8 ਸਾਲ ਹੋਣ ਲੱਗੇ ਨੇ ਮੈਨੂੰ ਕਰ ਰਿਹਾ ਵਾ। ਕਰਮ ਸਿੰਘ ਜੀ। ਇਹ ਤਾਂ ਠੀਕ ਹੈ ਵੈਸੇ, ਇੱਕ ਜਗ੍ਹਾ ਜਾ ਕੇ ਬੰਦਾ ਜੋਬ ਕਰਦਾ ਰਹੇ, ਅਗਰ ਉਹਦਾ ਠੀਕ ਹੈ, ਉਹ ਸੈਟਿਸਫਾਈ ਹੈਗਾ, ਪੈਸੇ ਵੀ ਠੀਕ ਮਿਲਦੇ ਹੈ, ਤਾਂ ਮੱਚ ਬੈਟਰ ਹੈ ਉਹ ਇੱਕ ਜਗ੍ਹਾ ਟਿਕਿਆ ਰਹੇ, ਕਿਉਂਕਿ ਉੱਥੇ ਬੈਨੀਫਿਟ ਵੀ ਜ਼ਿਆਦਾ ਮਿਲਦੇ ਨੇ, ਫਿਰ ਛੁੱਟੀਆਂ ਛੱਟੀਆਂ ਦਾ ਵੀ ਪ੍ਰੋਗਰਾਮ ਤਕਰੀਬਨ ਚੰਗੀ ਸੈਟਿੰਗ ਹੋ ਜਾਂਦੀ ਹੈ ਜੀ। ਜੀ। ਬਾਕੀ ਜਿਹੜੇ ਘੜੀ ਘੜੀ ਥੋੜੀ ਥੋੜੀ ਦੇਰ ਬਾਅਦ ਕਈ ਜੋਬ ਬਦਲ ਰਹੇ ਨੇ, ਕਦੇ ਉਹ ਡਿਪਾਰਟਮੈਂਟ, ਕਦੇ ਕਿਸੇ ਕੋਲ, ਕਦੇ ਕਿਸੇ ਕੋਲ, ਉੱਥੇ ਉਹਨਾਂ ਦੀ ਵੈਲਿਊ ਘੱਟ ਜਾਂਦੀ ਹੈ ਜੀ। ਜੇ ਇੰਪਲਾਇਰ ਜਿਹੜਾ ਸੋਚਦਾ ਵੀ ਇਹ 4-5 ਜਗ੍ਹਾ ਤਾਂ ਪਹਿਲਾਂ ਹੀ ਕਰਕੇ ਆਏ, ਖਾਵੇ ਕਿਹੋ ਜਿਹਾ ਹੋਣਾ, ਪਹਿਲੀ ਗੱਲ ਤਾਂ ਉਹ ਜਵਾਬ ਹੀ ਦੇ ਦਿੰਦੇ ਆ, ਅਗਰ ਜੇ ਰੱਖ ਵੀ ਲਿਆ ਤਾਂ ਉਹਦੇ ਉੱਤੇ ਇੰਨਾ ਵਿਸ਼ਵਾਸ ਨਹੀਂ ਕਰਦੇ, ਤੇ ਨਾ ਹੀ ਉਹ ਇੰਨੇ ਬੈਨੀਫਿਟ ਵੱਲ ਉਹਨਾਂ ਦਾ ਇੰਨਾ ਧਿਆਨ ਹੁੰਦਾ ਵੀ ਇਹਨੂੰ ਦਈਏ, ਕਿਉਂਕਿ ਇਹਦਾ ਕੋਈ ਪਤਾ ਨੀ ਕਦੋਂ ਇੱਥੋਂ ਛੱਡ ਕੇ ਚਲੇ ਜਾਣ। ਰਾਈਟ ਜੀ। ਹੈਰੀ ਜੀ। ਬੇਸਿਕਲੀ ਜੇ ਤਾਂ ਤੁਸੀਂ ਹੈਗੇ ਹੋ ਯੰਗ, ਤੁਸੀਂ ਆਪਣਾ ਹੁਣੇ ਯੂਨੀਵਰਸਿਟੀ ਦੇ ਵਿੱਚੋਂ ਨਿਕਲੇ ਹੋ, ਸੋ ਯੂ ਨੀਡ ਐਨ ਐਕਸਪੀਰੀਅੰਸ ਜੀ। ਜੇ ਤੁਸੀਂ 2 ਸਾਲ ਟੇਕ ਕੇ ਇੱਕ ਥਾਂ ਤੇ ਇੱਕ ਰੋਲ ਤੇ ਲੱਗੇ ਰਹਿੰਦੇ ਹੋ, ਸੋ ਦੈਨ ਚੇਂਜ ਯੋਰ ਜੋਬ ਐਂਡ ਸਟਾਫ, ਤੇ ਉਹਦੇ ਨਾਲ ਤੁਹਾਡਾ ਗਰੋਥ ਮਾਇੰਡ ਸੈਟ ਵੀ ਕਾਇਮ ਰਹਿੰਦਾ, ਤੇ ਨਾਲੇ ਤੁਸੀਂ ਭਿੰਨ ਭਿੰਨ ਪ੍ਰਕਾਰ ਦੇ ਉਹ ਸਕਿੱਲ ਸੈਟ ਵੀ ਅਕਵਾਇਰ ਕਰਦੇ ਹੋ। ਰਾਈਟ। ਤੇ ਜਦੋਂ ਤੁਸੀਂ ਹੋ ਜਾਂਦੇ ਇਨ ਯੋਰ ਲੇਟ 30s or 40s, ਉੱਥੇ ਤੁਸੀਂ ਪ੍ਰੋਜੈਕਟ ਮੈਨੇਜਮੈਂਟ ਦੇ ਵਿੱਚ ਆ ਸਕਦੇ ਹੋ, ਤੁਸੀਂ ਹੋਰ ਵੱਡੇ ਰੋਲਾਂ ਦੇ ਵਿੱਚ ਆ ਸਕਦੇ ਹੋ, ਉੱਥੇ ਫਿਰ ਤੁਸੀਂ ਲੌਂਗ ਟਰਮ ਟੇਕ ਕੇ ਕੰਮ ਕਰ ਸਕਦੇ ਹੋ, ਕਿਉਂਕਿ ਉੱਥੇ
ਤੁਹਾਨੂੰ ਲੌਂਗ ਟਰਮ ਪ੍ਰੋਜੈਕਟਸ ਦੇ ਉੱਪਰ ਧਿਆਨ ਦੇਣਾ ਪੈਂਦਾ, ਇਹਦਾ ਇਹੀ ਮੰਨਣਾ। ਤੇ ਮੇਰਾ ਐਕਸਪੀਰੀਅੰਸ ਵੀ ਇੱਦਾਂ ਰਿਹਾ, ਜਦੋਂ ਮੈਂ ਯੰਗ ਸੀਗਾ ਮੈਂ ਕਾਫੀ ਜੋਬਾਂ ਬਦਲੀਆਂ, ਟਿੱਕੇ ਕੰਮ ਕੀਤਾ 2 ਸਾਲ, ਤੇ ਉਸ ਤੋਂ ਬਾਅਦ ਚੋਂ ਫਿਰ ਜਦੋਂ ਮੇਰੇ ਮਨ ਪਸੰਦ ਦਾ ਰੋਲ ਆਇਆ ਫਿਰ ਮੈਂ ਉੱਥੇ ਟਿਕ ਗਿਆ। ਵੈਰੀ ਗੁੱਡ। ਮਨਿੰਦਰ ਜੀ, ਕਈ ਵਾਰੀ ਮਜਬੂਰੀ ਦੇ ਵਿੱਚ ਜੋਬ ਛੱਡਣੀ ਪੈਂਦੀ ਹੈ ਨਾ, ਮੇਰੇ ਹਸਬੈਂਡ ਟਰਕਿੰਗ ਲਾਈਨ ਦੇ ਵਿੱਚ ਜੋਬ ਕਰਦੇ ਸੀਗੇ ਹਨਾ, ਇੰਪਲੋਇਰ ਜੇ ਵਧੀਆ ਹੋਵੇ ਫੋਨ ਛੱਡਦਾ ਨਾ, ਮੈਨੂੰ 6 ਸਾਲ ਹੋ ਗਏ ਇੱਕ ਜਗ੍ਹਾ ਤੇ ਕੰਮ ਕਰਦੇ ਹੋਏ ਜੀ, ਤੇ ਉਹਨਾਂ ਨੇ ਛੱਡੀ ਜੋਬ ਕਿ ਇੰਪਲੋਇਰ ਪੇ ਨਹੀਂ ਕਰਦਾ ਸੀ ਟਾਈਮ ਤੇ, ਤੇ ਈਵਨ ਉਹਨਾਂ ਨੇ 15 ਦਿਨ ਦਾ ਨੋਟਿਸ ਦੇ ਕੇ ਛੱਡੀ ਹੈ ਨਾ ਜੋਬ, ਤੇ ਉਸ ਤੋਂ ਬਾਅਦ ਫਿਰ 1 ਮਹੀਨੇ ਦੀ ਪੇ ਉਹਨਾਂ ਦੀ ਹੈ ਨਾ ਨਹੀਂ ਦਿੱਤੀ, ਉਹ ਵੀ ਚਲੋ ਡਿਫਰੈਂਟ ਟੋਪਿਕ ਆ ਸੀ ਲੇਬਰ ਕੋਡ ਕੀਤਾ ਨਾ, ਹੁਣ ਨੈਕਸਟ ਜਗ੍ਹਾ ਜਿੱਦਾਂ ਕੰਮ ਸਟਾਰਟ ਕੀਤਾ ਨਾ, ਉਹ ਵੀ ਆਪਣੇ ਪੰਜਾਬੀਆਂ ਦੀ ਟ੍ਰਾਂਸਪੋਰਟ ਦੀ ਹੈ ਨਾ, ਸੇਮ ਹੀ ਕੰਮ ਉੱਥੇ ਹੁੰਦਾ ਪਿਆ ਹੁਣ, ਤੇ ਹੁਣ ਫਿਰ ਬੰਦਾ ਮਜਬੂਰੀ ਵੀ ਛੱਡੂਗਾ ਹੀ। ਰਾਈਟ ਜੀ, ਬਹੁਤ ਮਿਹਰਬਾਨੀ ਮਨਿੰਦਰ ਜੀ, ਥੈਂਕ ਯੂ। ਹਰਚਰਨ ਜੀ, ਜਿਹੜੀ ਜੋਬ ਆ ਜੇ ਤੁਹਾਨੂੰ ਇੱਕ ਥਾਂ ਚੰਗੀ ਜੋਬ ਮਿਲ ਜਾਂਦੀ ਹੈ ਨਾ, ਤੇ ਤੁਸੀਂ ਜਿਆਦਾ ਚਿਰ ਲਈ ਕਰਦੇ ਆ ਤੇ ਤੁਹਾਨੂੰ ਉੱਥੋਂ ਫਾਇਦਾ ਹੀ ਹੁੰਦਾ, ਆਪਣੇ ਜਿਹੜੀਆਂ ਚੀਜ਼ਾਂ ਚੰਗੀਆਂ ਮਿਲਦੀਆਂ ਰਹਿੰਦੀਆਂ। ਜੇ ਹੁਣ ਜੋਬ ਹੀ ਕੋਈ ਮਾੜੀ ਆ ਜਾਂ ਕੋਈ ਉੱਥੇ ਬੋਸ ਤੰਗ ਕਰਦਾ, ਉਹ ਤਾਂ ਫਿਰ ਚੇਂਜ ਕਰਨੀ ਪੈਂਦੀ ਆ। ਤੇ ਮੈਂ ਕਹਿੰਦੀ ਵੀ ਜਿਹੜੀ ਲੰਮਾ ਚਿਰ ਜੋਬ ਇੱਕ ਥਾਂ ਕਰਦੇ ਆ ਆਪਣੇ ਜਿਆਦਾ ਚਿਰ ਕਰਦੇ ਉਹ ਵਧੀਆ ਰਹਿੰਦੀ ਆ। ਮੈਨੇ ਸਿਰਫ 4 ਦਫ਼ਾ ਜੋਬ ਚੇਂਜ ਕੀ ਹੈ, ਔਰ ਮੇਰਾ ਜੋ ਡਿਵੀਜ਼ਨ ਹੈ ਮੈਂ ਕੰਸਟ੍ਰਕਸ਼ਨ ਪ੍ਰੋਜੈਕਟ ਮੈਨੇਜਮੈਂਟ ਮੈਂ ਹੂੰ ਜੀ। ਤੋ ਕਹਿਣੇ ਕੀ ਬਾਤ ਜੀ, ਸਰ ਟੋਟਲੀ ਡਿਪੈਂਡ ਕਰਤਾ ਹੈ ਕਿ ਆਪ ਜੋਬ ਕਿਉਂ ਸਵਿਚ ਕਰਤੇ ਹੋ, ਇੱਕ ਤੋਂ बेहतर अपॉर्चुनिटीज के लिए और दूसरा जो आपका जो एम्प्लॉयर है वो आपको कैसे डील करता है जी। अब जैसे मैंने बताया कि 23 साल हो गए, 23 साल में डेफिनेटली जो आपकी जो वेजेस हैं या सैलरी है वो आप अगर पीक पे पहुंच गए हैं तो वो डेफिनेटली आपको जो एम्प्लॉयर होगा वो बोलेगा कि भाई अपने अंडर 2-3 बंदों को ट्रेन करो, कोई ये कहता है कि आप उसको ट्रेन करो, इट मीन टू से अब आपके जाने की बारी आ गई है। बिल्कुल ठीक है जी, क्योंकि वो आपकी जगह पे वो 3 बंदे हायर कर सकता है तो वो आपको अकेले को क्यों रखे, पहली बात ये। बिल्कुल ठीक है जी। दूसरा डिपेंड करता है कि काफी लोग जो मेरी इंडस्ट्री में है वो अक्सर ये बोलते हैं कि यार कभी भी अपने जो आपका जो बॉस हो वो देसी ना हो, मैं बिल्कुल ऑनेस्ट बात करता हूँ, क्योंकि वो आपको ऐसा काम देगा जो हमेशा वो खुद नहीं करेगा, वो आपसे करवाएगा, क्योंकि हमारा जो बैक होम कल्चर है ना उसकी वजह से भी काफी लोग यहाँ पर डिस्टर्ब होते हैं। लेकिन अगर आप अपने साथ कोई जेन्युइन कोई ऑनेस्ट बंदा लें तो वो आपको सिखाएगा कि यार मैं तुम्हें ये सिखा रहा हूँ क्योंकि कल तुम मुझे रिप्लेस कर सको जी। राइट, तो ये जो बड़ा जो चीज है जो मैंने यहाँ पर सीखी है कि लोग यहाँ पर एक जैसे 2005 था, लोग यहाँ पर डॉलर और 50 सेंट्स के ऊपर भी जॉब चेंज करते थे कि यार मुझे अपॉर्चुनिटी मिल रही है। लेकिन अब जो हालात जा रहे हैं कि आप स्विच करने से पहले सोचो कि भाई आपको वो जो अगला प्रोजेक्ट मिलेगा वो 1 महीने का है या 6 साल का है। सही, राइट। तो इस वजह से भी लोगों में काफी प्रॉब्लम आ रही है, लेकिन स्विच करने से पहले आप अपने जो रूट्स हैं वो देखें कि भाई आपको कहाँ जाना है और वहां पर आप सेटल हो सकेंगे कि नहीं। तो मैं नहीं समझता कि स्विच करना कोई बुरी बात है, लेकिन सोचना चाहिए कि भाई आगे जाके आप ग्रो करेंगे, ग्रोथ होगी या नहीं होगी। ਬਹੁਤ ਸ਼ੁਕਰੀਆ ਅਲੀ ਜੀ, ਥੈਂਕ ਯੂ। ਲਵਦੀਪ ਜੀ, ਜੀ ਲਵਦੀਪ ਜੀ, ਪਿਛਲੀ ਵਾਰ 2012 ਚ ਨਾ ਆਪਦੀ ਪ੍ਰੋਫੈਸ਼ਨਲ ਸਟੱਡੀ ਪੂਰੀ ਕੀਤੀ ਸੀ ਤੇ 2012 ਤੋਂ 2019 ਤੱਕ ਮੈਂ 7 ਸਾਲ ਇੱਕ ਇੰਪਲਾਇਰ ਕੋਲ ਕੰਮ ਕੀਤਾ ਜੀ।
ਤੇ 2019 ਚ ਮੈਂ ਕੈਨੇਡਾ ਮੂਵ ਹੋ ਗਿਆ ਵਿਨੀਪੈਗ, ਤੇ 19 to 21 ਤੱਕ ਮੈਂ ਵਿਨੀਪੈਗ ਕੰਮ ਕੀਤਾ, ਉਹ ਮੈਂ ਜੋਬ ਤਾਂ ਛੱਡੀ, ਮੈਂ 21 ਮਈ ਨੂੰ ਕੈਲਗਰੀ ਆ ਗਿਆ ਜੀ। ਬਾਈ 3 ਸਾਲ ਹੋ ਗਏ ਮੈਂ ਉਸੇ ਜੋਬ ਤੇ ਆ, ਤੇ 2 ਮਹੀਨੇ ਪਹਿਲਾਂ ਮੈਨੂੰ ਸੁਪਰਵਾਈਜ਼ਰ ਬਣ ਗਏ ਸੀਗੇ। ਵੈਰੀ ਗੁੱਡ, ਵੈਰੀ ਗੁੱਡ, ਠੀਕ ਹੈ ਜੀ। ਤੇ ਆਪਾਂ ਨੂੰ ਜੋਬ ਕਰਨੀ ਚਾਹੀਦੀ ਆ ਇੱਕ ਜਗ੍ਹਾ ਤੇ ਬਾਈ, ਉੱਥੇ ਥੋੜੀ ਲਾਈਕ ਬਾਈ ਪੈਸੇ ਵੀ ਚਾਹੀਦੇ ਹੁੰਦੇ, ਜੇ ਤੁਹਾਨੂੰ ਰੈਗੂਲਰ ਇਨਕਰੀਜ਼ ਮਿਲ ਰਹੀ ਆ ਤੇ ਤੁਸੀਂ ਇੱਕ ਜਗ੍ਹਾ ਤੋਂ ਜੋਬ ਛੱਡਦਾ ਮਤਲਬ ਕਿ ਤੁਹਾਡੀ ਉੱਥੇ ਕੰਫਰਟ ਜ਼ੋਨ ਵੀ ਹੋ ਜਾਂਦੀ ਹੈ, ਰਾਈਟ? ਥੋੜਾ ਸਮਾਂ ਜਾਂਦਾ ਤੁਸੀਂ ਕੀ ਕਰਨਾ, ਤੇ ਤੁਸੀਂ ਇੰਪਲਾਇਰ ਨੂੰ ਜਾਣਦੇ ਹੋ ਇਹਨੂੰ ਕੀ ਚੀਜ਼ ਚਾਹੀਦੀ ਆ। ਸਹੀ ਆ ਜੀ, ਇਟਸ ਰੀਅਲ ਈਜ਼ੀ ਟੂ ਵਰਕ, ਰਾਈਟ? ਤੇ ਮੈਂ ਤਾਂ ਇਹ ਕਹਿੰਦਾ ਵੀ ਟਿੱਕ ਕੇ ਕੰਮ ਕਰਨਾ ਚਾਹੀਦਾ ਇੱਕ ਜਗ੍ਹਾ ਤੇ ਜੀ। ਹਾਂਜੀ, ਥੈਂਕ ਯੂ, ਬਹੁਤ ਮਿਹਰਬਾਨੀ ਲਵਦੀਪ, ਥੈਂਕ ਯੂ। ਤੇ ਸਾਡੇ ਆਖਰੀ ਕਾਲਰ ਨੇ ਦਲੀਪ ਜੀ। ਇਸ ਤਰ੍ਹਾਂ ਜਿੰਨੇ ਵੀ ਲੋਕ ਨੌਕਰੀਆਂ ਚੇਂਜ ਕਰਦੇ ਨੇ, ਇਹ ਚੇਂਜ ਜਿਹੜੇ ਨੌਕਰ ਹੁੰਦੇ ਨੇ ਆਪਣੀ ਮਰਜ਼ੀ ਨਾਲ ਨੌਕਰੀ ਚੇਂਜ ਨਹੀਂ ਕਰਦੇ, ਇਹ ਮਾਲਕ ਦੀ ਮਰਜ਼ੀ ਨਾਲ ਹੀ ਚੇਂਜ ਹੁੰਦੇ ਆ ਜੀ। ਇਹ ਜਿਹੜਾ ਤੁਹਾਨੂੰ ਮੈਂ ਸਮਝਾਉਂਗਾ ਡੀਪ, ਓਨਲੀ ਫਿਊ ਸੈਕਿੰਡ ਜੀ। ਇੰਡੀਆ ਦੇ ਵਿੱਚ ਵੀ ਮੈਂ ਕਾਰੋਬਾਰ ਕਰਦਾ ਸੀਗਾ, 5-4 ਨੌਕਰ ਹੋਇਆ ਕਰਦੇ ਸੀਗੇ ਕਾਰੋਬਾਰ ਦੇ ਲਈ, ਫਿਰ ਜ਼ਿਆਦਾ ਵੀ ਹੋ ਗਏ ਫੈਕਟਰੀਜ਼ ਦੇ ਵਿੱਚ 35-40 ਹੋ ਗਏ, ਫਿਰ ਇੱਥੇ ਆ ਗਿਆ, ਪਹਿਲਾਂ ਆਪ ਨੌਕਰੀ ਕੀਤੀ, ਫਿਰ ਟਰਕਿੰਗ ਕੰਪਨੀ ਚਲਾਈ, ਬਹੁਤ ਸਾਰੇ ਲੋਕ ਬਹੁਤ ਲੋਕਾਂ ਨੇ ਕੰਮ ਕੀਤਾ ਮੇਰੇ ਨਾਲ ਕੋਲ। ਇਹ ਹੁੰਦਾ ਇਸ ਤਰ੍ਹਾਂ ਕਿ ਜਿਸ ਨੌਕਰ ਨੂੰ ਮਾਲਕ ਰੱਖਣਾ ਚਾਹੁੰਦਾ ਹੁੰਦਾ, ਜਿਹੜਾ ਕਿ ਵਾਕਈ ਅਕਲਮੰਦ ਹੁੰਦਾ, ਸਮਝਦਾਰ ਹੁੰਦਾ, ਉਹ ਸੋਚੋ 10 ਹੁੰਦੇ ਨੇ, ਔਰ ਉਹ 10 ਬੰਦਿਆਂ ਨੂੰ ਉਹ ਬੰਦਾ ਛੱਡਦਾ ਹੀ ਨਹੀਂ ਹੈ, ਉਹਨੂੰ ਇਸ ਤਰੀਕੇ ਨਾਲ ਉਹਨੂੰ ਪਰੋਸ ਕੇ ਰੱਖਦਾ ਕਿ ਵੀ ਇਹ ਬੰਦੇ ਨੂੰ ਮੈਨੇ ਜਾਣ ਨਹੀਂ ਦੇਣਾ। ਇਹ ਮਾਲਕ ਦੀ ਮਰਜ਼ੀ ਨਾਲ ਤੁਸੀਂ ਨੌਕਰੀ ਕਰਦੇ ਹੋ, ਜੇ ਮਾਲਕ ਨੂੰ ਲੱਗਦਾ ਯਾਰ ਇਹ ਬੰਦਾ ਮੇਰੇ ਲਈ ਬਹੁਤਾ ਫਿੱਟ ਨਹੀਂ ਹੈ, ਇਸ ਤੋਂ ਵਧੀਆ ਮੈਨੂੰ ਮਿਲ ਸਕਦਾ, ਫਿਰ ਹੌਲੀ ਦੇਣੇ ਉਹਨੂੰ ਟਰਕਾ ਦਿੰਦਾ, ਫਿਰ ਉਹਨੂੰ ਨੌਕਰੀ ਛੱਡਣੀ ਪੈ ਜਾਂਦੀ ਹੈ। ਮੰਨ ਲਓ ਤੁਸੀਂ ਮਾਇੰਡ ਨਾ ਕਰੀਓ, ਤੁਸੀਂ 13 ਸਾਲ ਤੋਂ ਰੈਡ ਐਫ ਐਮ, ਮੈਂ ਥੋੜਾ ਸੁਣਦਾ ਜੀ, ਹੋਰ ਵੀ ਰੈਡ ਐਫ ਐਮ ਚ ਕੰਮ ਕਰਨ ਵਾਲੇ ਆਏ ਨੇ, ਲੇਕਿਨ ਮੈਂ ਸਭ ਨੂੰ ਮਤਲਬ ਮੇਰਾ ਸ਼ੌਂਕ ਹੈ ਰੈਡ ਐਫ ਐਮ, ਮੇਰੀ ਜਾਨ ਹੀ ਕਹਿ ਸਕਦੇ ਹੋ ਤੁਸੀਂ, ਤੇ ਇਹ ਮਤਲਬ ਤੁਸੀਂ ਮਤਲਬ ਕੰਮ ਇੰਨਾ ਵਧੀਆ ਕੀਤਾ, ਔਰ ਫਿਰ ਮਾਲਕ ਨੂੰ ਪਤਾ ਹੈ ਵੀ ਇਹ ਰਿਸ਼ੀ ਨੂੰ ਤਾਂ ਮੈਨੂੰ ਰੱਖਣਾ ਹੀ ਰੱਖਣਾ ਹੈ, ਔਰ ਫਿਰ ਤੁਹਾਨੂੰ ਰੱਖੂ ਹੀ ਪਲੋਸ ਕੇ ਇੰਨਾ ਕਿ ਤੁਸੀਂ ਜਾ ਹੀ ਨਹੀਂ ਸਕਦੇ ਕਿਤੇ ਹੋਰ, ਔਰ ਜੇ ਹੋਰ ਕੋਈ ਆਊਗਾ, ਜੇ ਕੋਈ ਕੰਮ ਨਹੀਂ ਕਰਦਾ ਸਾਰੇ ਦਾ ਰਿਸ਼ੀ ਨਗਰ ਹੋਣ ਤੋਂ ਰਹੇ। ਹੈਲੋ, ਨਹੀਂ ਪਰ ਕੋਈ ਕੋਈ ਮੇਰੇ ਤੋਂ ਵਧੀਆ ਕੰਮ ਕਰਨ ਵਾਲਾ ਵੀ ਤਾਂ ਆ ਸਕਦਾ ਇੱਥੇ, ਇਹ ਤਾਂ ਨਹੀਂ ਗੱਲ ਹੈ ਕੋਈ। ਪਰ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਅਰਜ਼ ਕੀਤਾ ਸੀਗਾ ਕਿ ਸੋਚੋ 10 ਲੋਕ ਹੀ ਕਾਬਲ ਹੁੰਦੇ ਨੇ, 90 ਲੋਕ ਮਾਤਾ ਦਾ ਮਾਲ ਹੁੰਦੇ ਨੇ। ਚਲੋ, ਥੈਂਕ ਯੂ ਫੋਰ ਦਾ ਸਮਾਈਲ, ਅੱਜ ਪਹਿਲੀ ਵਾਰ ਤੁਸੀਂ ਹੱਸੇ ਮੇਰੀ ਗੱਲ ਤੇ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ ਦਲੀਪ ਜੀ, ਥੈਂਕ ਯੂ। ਹਰਿੰਦਰ ਕੌਰ ਜੀ ਕਹਿੰਦੇ ਨੇ ਜੀ ਕਿ ਡਿਪੈਂਡ ਕਰਦਾ ਤੁਹਾਡੇ ਕੰਫਰਟ ਜ਼ੋਨ ਦੇ ਉੱਤੇ, ਕਈ ਵਾਰ ਤੁਹਾਨੂੰ ਜੌਬ ਚੰਗੀ ਮਿਲੀ ਹੁੰਦੀ ਆ ਪਰ ਤੁਹਾਡਾ ਲੈਵਲ, ਕੰਫਰਟ ਲੈਵਲ ਨਹੀਂ ਠੀਕ ਉੱਥਾਂ ਹੁੰਦਾ, ਉੱਥੇ ਸਟ੍ਰੈਸ ਬਹੁਤ ਹੁੰਦਾ। ਸੋ ਜਦੋਂ ਜੌਬ ਸਟ੍ਰੈਸ ਫਰੀ ਹੋਵੇ ਤੇ ਫਿਰ ਤੁਸੀਂ ਜ਼ਿਆਦਾ ਆਸਾਨੀ ਨਾਲ ਕੰਮ ਕਰਦੇ ਹੋ, ਲੰਬੀ ਦੇਰ ਤੱਕ ਕਰਦੇ ਹੋ। ਕਹਿੰਦੇ ਮੈਨੂੰ 11 ਸਾਲ ਹੋ ਗਏ ਨੇ, ਹਰਿੰਦਰ ਜੀ ਦਾ ਕਹਿਣਾ ਹੈ ਕਿ 11 ਸਾਲ ਹੋ ਗਏ ਨੇ ਮੈਂ ਇੱਕੋ ਜਗ੍ਹਾ 'ਤੇ ਕੰਮ ਕਰ ਰਹੀ ਹਾਂ। ਇੱਕ ਹੋਰ ਮੈਸੇਜ ਆਇਆ ਜੀ, ਜੈਗ ਕਹਿੰਦੇ ਨੇ ਜੀ, ਇਟ ਇਜ਼ ਓਕੇ ਟੂ ਚੇਂਜ ਜੋਬਸ, 40 ਸਾਲ ਦੀ ਉਮਰ ਤੱਕ ਤੁਸੀਂ ਜੋਬਸ ਚੇਂਜ ਕਰਦੇ ਰਹੋ, ਪਰ 40 ਸਾਲ ਤੋਂ ਬਾਅਦ ਤੁਹਾਨੂੰ ਸਟੇਬਿਲਿਟੀ ਆ ਜਾਣੀ ਚਾਹੀਦੀ ਹੈ, ਉਹਦੇ ਨਾਲ ਸਟਿੱਕ ਕਰਨਾ ਚਾਹੀਦਾ ਹੈ। ਹਰਜੀਤ ਕੌਰ ਜੀ ਕਹਿੰਦੇ ਨੇ ਜੀ ਕਿ ਮੈਨੂੰ 10 ਸਾਲ ਹੋ ਗਏ, ਮੈਂ ਲਗਭਗ ਉਸੇ ਕੰਪਨੀ ਦੇ ਵਿੱਚ ਕੰਮ ਕਰ ਰਹੀ ਹਾਂ, ਉਹਨਾਂ ਨੇ ਉਹਨਾਂ ਦੀਆਂ ਬ੍ਰਾਂਚਸ ਹੈਗੀਆਂ ਨੇ, ਮੈਂ ਸਿੱਖਿਆ ਕਿ ਸਾਰੀਆਂ ਸਕਿੱਲਸ ਤੁਹਾਨੂੰ ਆ ਜਾਂਦੀਆਂ ਨੇ ਅਤੇ ਤੁਸੀਂ ਪਾਰਟਨਰ ਵੀ ਬਣ ਸਕਦੇ ਹੋ ਕੰਪਨੀ ਦੇ ਵਿੱਚ ਤੁਹਾਡੀਆਂ ਸਕਿੱਲਸ ਦੇ ਕਰਕੇ, ਅਤੇ ਇਹਦੇ ਲੌਂਗ ਟਰਮ ਦੇ ਵਿੱਚ ਬੈਨੀਫਿਟਸ ਬੜੇ ਨੇ। ਮਨਵੀਰ ਕਹਿੰਦੇ ਨੇ ਜੀ ਕਿ ਸੱਚ ਹੈ ਕਿ LMIA ਨੇ ਸਾਰੀਆਂ ਬੇਸਿਕ ਜੋਬਸ ਲੈ ਲਈਆਂ ਨੇ, ਮੇਰਾ ਭਰਾ ਟਰੱਕ ਡਰਾਈਵਰ ਹੈ, ਕੰਪਨੀ ਕੰਟੀਨਿਊਸਲੀ LMIA ਦੇ ਉੱਤੇ ਅੰਡਰ ਪੇ ਦੇ ਉੱਤੇ ਲੋਕ ਹਾਇਰ ਕਰਦੇ ਰਹੇ ਨੇ। ਜਗਦੇਵ ਸਿੰਘ ਜੀ ਦਾ ਮੈਸੇਜ ਹੈ ਜੀ ਕਿ ਮੇਰੀ ਓਪੀਨੀਅਨ ਹੈ ਕਿ ਇੱਕ ਟਾਈਮ 'ਤੇ ਇੱਕ ਜੋਬ 'ਤੇ ਹੀ ਟਿਕੇ ਰਹਿਣਾ ਚਾਹੀਦਾ ਹੈ, ਮੈਂ ਕਹਿੰਦੇ 12 ਸਾਲ ਤੋਂ ਇੱਕੋ ਜੋਬ 'ਤੇ ਹਾਂ, ਮੈਨੂੰ ਤਾਂ ਠੀਕ ਲੱਗਦਾ ਹੈ।
ਜੋਜ਼ਫ ਕਹਿੰਦੇ ਨੇ ਜੀ ਕਿ ਮੇਨ ਰੀਜ਼ਨ ਆ ਕਿ ਲੋਕ ਜਿਹੜੇ ਆਪਣੀਆਂ ਜੋਬਸ ਫ੍ਰੀਕੁਐਂਟਲੀ ਤਬਦੀਲ ਕਰਦੇ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਇੰਪਲੋਇਰ ਕਈ ਵਾਰੀ ਚੰਗਾ ਨਹੀਂ ਹੁੰਦਾ। ਖਾਸ ਤੌਰ 'ਤੇ ਸਾਡੇ ਭਾਈਚਾਰੇ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸ਼ਿਕਾਇਤਾਂ ਨੇ ਅਤੇ ਕੁਝ ਰੈਸਟੋਰੈਂਟਸ 'ਤੇ ਵੀ ਇਸੇ ਤਰ੍ਹਾਂ ਹੀ ਹੁੰਦਾ। ਉਹ ਜਿਹੜੇ ਲੋਅ ਕਲਾਸ ਇੰਪਲੋਇਰਸ ਨੇ ਉਹਨਾਂ ਨੂੰ ਉਹ ਫਿਰ ਛੱਡ ਛੱਡ ਕੇ ਜਾਂਦੇ ਰਹਿੰਦੇ ਨੇ ਜੀ। ਗੁਰਜੰਤ ਸਿੰਘ ਕਹਿੰਦੇ ਨੇ ਜੀ ਤੁਸੀਂ ਬਹੁਤ ਦੇਰ ਦੇ ਟਿਕੇ ਹੋਏ ਹੋ ਰੈੱਡ ਐੱਫ ਐੱਮ 'ਤੇ, ਤੁਸੀਂ ਵੀ ਦੱਸੋ। ਮੈਂ ਤਾਂ ਤੁਹਾਨੂੰ ਪਹਿਲਾਂ ਸ਼ੁਰੂ 'ਚ ਹੀ ਕਹਿਤਾ ਸੀ ਕਿ ਮੈਂ ਇਸ ਕਰਕੇ ਟਿਕਿਆ ਕਿ ਮੈਨੂੰ ਕੋਈ ਹੋਰ ਓਪਰਚੁਨਿਟੀ ਨਹੀਂ ਮਿਲ ਰਹੀ, ਜਾਂ ਮੈਂ ਇਸ ਕਰਕੇ ਟਿਕਿਆ ਹੋਇਆ ਕਿ ਮੈਨੂੰ ਇੰਨੇ ਪੈਸੇ ਹੋਰ ਕੋਈ ਦੇ ਨਹੀਂ ਰਿਹਾ, ਜਾਂ ਕਿ ਮੈਂ ਆਪਣੀ ਮਰਜ਼ੀ ਨਾਲ ਕਿ ਮੇਰਾ ਇੱਥੇ ਕੰਫਰਟ ਜ਼ੋਨ ਵੀ ਆ, ਮੈਨੂੰ ਸੈਟਿਸਫੈਕਸ਼ਨ ਮੇਰੀ ਜੋਬ ਲੈਵਲ ਦੀ ਬਹੁਤ ਜ਼ਿਆਦਾ ਚੱਲ ਰਹੀ ਹੈ। ਮਨਜੀਤ ਜੀ ਕਹਿੰਦੇ ਨੇ ਜੀ ਕਿ ਮੈਂ ਸੇਮ ਜੋਬ 'ਤੇ 10 ਸਾਲ ਤੋਂ ਕੰਮ ਕਰ ਰਿਹਾ। ਮਨਪ੍ਰੀਤ ਸਰਾਂ ਜੀ ਦਾ ਕਹਿਣਾ ਜੀ ਕਿ ਮੇਰੇ ਹੈਲਥ ਕੇਅਰ ਦੇ ਇਸ਼ੂਜ਼ ਕੋਰਸ ਕਰ ਕੀਤੇ ਮੈਂ, ਅਤੇ ਮੈਂ ਇੱਕੋ ਕੰਪਨੀ ਨਾਲ 8 ਸਾਲ ਤੋਂ ਕੰਮ ਕਰ ਰਹੀ ਹਾਂ। ਤਾਂ ਜੇ ਜੋਬ ਮਿਲ ਜਾਵੇ, ਚੰਗੀ ਮਿਲ ਜਾਵੇ, ਤਾਂ ਫਿਰ ਤੁਸੀਂ ਕਿਉਂ ਤੁਸੀਂ ਨੌਕਰੀ ਚੇਂਜ ਕਰੋਗੇ। ਜੈਸ ਕਹਿੰਦੇ ਨੇ ਜੀ ਕਿ ਮੈਂ ਇੱਕੋ ਕੰਪਨੀ ਦੇ ਨਾਲ 24 ਸਾਲ ਤੋਂ ਕੰਮ 'ਤੇ ਹਾਂ, 24 ਸਾਲ ਤੋਂ। ਬੜੀਆ ਅੱਜ ਬੜੀ ਇੰਟਰਸਟਿੰਗ ਗੱਲ ਜਿਹੜੀ ਆ ਹੋਈ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਮੈਨੂੰ ਇਹ ਲੱਗਦਾ ਕਿ ਪੈਸਾ ਪਲੱਸ ਕੰਫਰਟੇਬਲ ਹੋਣਾ ਪਲੱਸ ਤੁਹਾਡੀ ਜੋਬ ਤੁਹਾਡੀ ਖੁਸ਼ੀ ਦੀ ਹੋਣੀ। ਹੁਣ ਮੈਨੂੰ ਮੰਨ ਲਓ ਕਿ ਹੋਰ ਵੱਧ ਪੈਸੇ ਦੇਵੇ ਵੀ, ਪਰ ਮੈਨੂੰ ਖਬਰਾਂ ਨਾਲ ਗੱਲ ਕਰਨਾ, ਖਬਰਾਂ 'ਚ ਰਹਿਣਾ, ਆਪਣੇ ਸੁਣਨ ਵਾਲਿਆਂ ਨਾਲ ਗੱਲਬਾਤ ਕਰਨੀ, ਪ੍ਰੋਗਰਾਮ ਪੇਸ਼ ਕਰਨਾ, ਮੇਰਾ ਇੱਥੇ ਟੀਚਿੰਗ ਦਾ ਭੁੱਸ ਵੀ ਪੂਰਾ ਹੋ ਜਾਂਦਾ, ਮੇਰਾ ਬ੍ਰੌਡਕਾਸਟਿੰਗ ਦਾ ਭੁੱਸ ਵੀ ਪੂਰਾ ਹੋ ਜਾਂਦਾ, ਮੈਨੂੰ ਪੈਸੇ ਵੀ ਠੀਕ ਮਿਲ ਜਾਂਦੇ ਨੇ, ਮੇਰੇ ਕੰਮ ਦੇ ਆਵਰਸ ਵੀ ਬਹੁਤੇ ਲੰਬੇ ਨਹੀਂ ਹੈਗੇ, ਇਹ ਕੰਮ ਮੇਰੀ ਪਸੰਦ ਦਾ ਵੀ ਹੈ। ਫਿਰ ਜਦੋਂ ਇੰਨੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਹੋਣ, ਫਿਰ ਤੁਸੀਂ ਜੋਬ ਚੇਂਜ ਕਿਉਂ ਕਰੋਗੇ? ਮੈਨੂੰ ਇਹ ਲੱਗਦਾ ਕਿ ਜੋਬ ਸੈਟਿਸਫੈਕਸ਼ਨ, ਕੰਫਰਟ ਜ਼ੋਨ ਅਤੇ ਪੈਸੇ, ਤਿੰਨੇ ਚੀਜ਼ਾਂ ਜਦੋਂ ਤੁਹਾਨੂੰ ਇਕੱਠੀਆਂ ਮਿਲਦੀਆਂ ਹੋਣ, ਫਿਰ ਤੁਸੀਂ ਜੋਬ ਚੇਂਜ ਨਹੀਂ ਕਰਦੇ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਆਪ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।